ਰਿਹਾ। ਸਿਰਸਾ ਦੇ ਮੁਖੀ ਗੁਰਮੀਤ ਰਾਣ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਬਲਾਤਕਾਰੀ ਐਲਾਨ ਤੋਂ ਬਾਅਦ ਮਾਮਲੇ ਨੂੰ ਗਰਮਾ ਦੇਖ ਜਿੱਥੇ ਸਿਆਸੀ ਲੋਕਾਂ ਨੇ ਚੁੱਪੀ ਧਾਰੀ ਹੋਈ ਹੈ ਉੱਥੇ ਹੀ ਬਲਾਤਕਾਰ ਦੇ ਇਲਜ਼ਾਮ ਵਿੱਚ ਬੰਦ ਆਸਾਰਾਮ ਬਾਪੂ ਤੋਂ ਰਿਹਾ ਨਹੀਂ ਗਿਆ। ਉਹਨਾਂ ਨੇ ਗੁਜਰਾਤ ਜੇਲ੍ਹ ਵਿੱਚੋਂ ਬਿਆਨ ਜਾਰੀ ਕੀਤਾ। ਉਹਨਾਂ ਨੇ ਇਸ ਮਾਮਲੇ ਵਿੱਚ ਬਾਬਾ ਰਾਮਦੇਵ ਦਾ ਹੱਥ ਦੱਸਿਆ। ਆਸਾਰਾਮ ਬਾਪੂ ਨੇ ਆਖਿਆ ਕਿ ਉਹ ਅਤੇ ਗੁਰਮੀਤ ਰਾਣ ਰਹੀਮ ਬਿਲਕੁਲ ਨਿਰਦੋਸ਼ ਨੇ। ਅਸੀਂ ਦੋਨੋਂ ਹੀ ਬਾਲ ਬ੍ਰਹਮਚਾਰੀ ਨੇ। ਅਸੀਂ ਲੋਕਾਂ ਨੇ ਅੱਜ ਤੱਕ ਕਿਸੇ ਵੀ ਔਰਤ ਨੂੰ ਬਿਲਕੁਲ ਚੂਹਿਆ ਤੱਕ ਨਹੀਂ ਹੈ ਤਾਂ ਰੇਪ ਕਿਵੇਂ ਕਰ ਸਕਦੇ ਹਾਂ। ਮੈਂ ਅਤੇ ਰਾਮ ਰਹੀਮ ਨੇ 13 ਸੱਸਾ ਸੌਦਾ ਕੈਂਪ ਵਿੱਚ ਹੀ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਅਸੀਂ ਬ੍ਰਹਮਚਾਰੀ ਬਣ ਗਏ। ਆਸਾਰਾਮ ਨੇ ਰਾਮਦੇਵ ਉੱਤੇ ਹਮਲਾ ਬੋਲਦੇ ਆਖਿਆ ਕਿ ਬਾਬਾ ਰਾਮਦੇਵ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਾਨੂੰ ਦੋਨਾਂ ਨੂੰ ਫਸਾਇਆ। ਬਾਬਾ ਰਾਮਦੇਵ ਸ਼ੁਰੂ ਤੋਂ ਹੀ ਸਾਡੀ ਪ੍ਰਸਿੱਧੀ ਤੋਂ ਚੱਲਦੇ ਨੇ। ਮੇਰੇ ਅਤੇ ਬਾਬਾ ਰਾਮ ਰਹੀਮ ਦੇ ਜਲਵੇ ਬਾਬਾ ਰਾਮਦੇਵ ਤੋਂ ਕਿਤੇ ਜ਼ਿਆਦਾ ਸਨ।